ਸਾਰੇ ਪਿਆਰ ਵਾਲੇ ਦੋਸਤਾਂ ਨੂੰ, ਸਹਿਤਕਾਰਾਂ, ਲੇਖਕਾਂ, ਗੀਤਕਾਰਾਂ, ਕਹਾਣੀਕਾਰਾਂ, ਵੀਰਾਂ ਭੈਣਾਂ ਨੂੰ, ਬੱਚਿਆਂ ਬਜ਼ੁਰਗਾਂ ਨੂੰ ਦਾਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਨਕੀ ਵੀਰ ਲਖਵਿੰਦਰ ਸਿੰਘ ਲੱਖਾ ਸਰੇਪੁਰੇ। ਮੇਰੇ ਨਾਲ ਅੱਜ ਦਰਸ਼ਨ ਦੇਣ ਵਾਸਤੇ ਆਏ ਨੇ ਮੇਰੇ ਸਤਿਕਾਰਯੋਗ ਸਹਿਤਕਾਰ ਵੀਰ ਜਸਵੰਤ ਸਿੰਘ ਜੀ ਰਾਉਕੇ, ਜਿਹੜੇ ਬਹੁਤ ਅੱਛੇ ਲੇਖਕ ਨੇ। ਮੈਂ ਪੜ੍ਹਦਾ ਰਹਿੰਦਾ ਇਹਨਾਂ ਦੇ ਨਜ਼ਮਾਂ ਕਲਾਮ, ਅਤੇ ਬੜੀ ਖੁਸ਼ੀ ਹੋਈ ਅੱਜ ਇਹ ਫੋਨ ਕਰਕੇ ਇਹਨਾਂ ਨੇ ਇੱਥੇ ਬਿਲਕੁਲ ਸ਼ਿਰਕਤ ਕੀਤੀ। ਅਤੇ ਮੇਰੇ ਵੱਲੋਂ ਵੀ ਅਤੇ ਮੇਰੇ ਯੂਕੇ ਮੰਚ ਦੀ ਸਾਰੀ ਟੀਮ ਵੱਲੋਂ, ਮਾਨ ਪੰਜਾਬੀ ਅਤੇ ਅੰਤਰਰਾਸ਼ਟਰੀ ਸਿਹਤ ਮੰਚ ਦੀ ਇੰਗਲੈਂਡ ਦੀ ਸਾਰੀ ਟੀਮ ਵੱਲੋਂ ਇਹਨਾਂ ਦਾ ਬਹੁਤ ਬਹੁਤ ਸਵਾਗਤ, ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਵੀਰ ਜੀ। ਸ਼ੁਕਰੀਆ ਜੀ, ਬਹੁਤ ਬਹੁਤ। ਮੈਂ ਇੱਕ ਗੱਲ ਇਹਨਾਂ ਤੋਂ ਪੁੱਛਣੀ ਚਾਹੁੰਦਾ ਵੀ ਸਾਡੀ ਮਿਲਣੀ, ਮਤਲਬ ਪਹਿਲੀ ਵਾਰੀ ਮਿਲਦੇ ਹਾਂ, ਲੇਕਿਨ ਉੱਦਾਂ ਦੇਖਦੇ ਅਸੀਂ ਉੱਦਾਂ ਫੇਸਬੁੱਕ 'ਤੇ ਮੀਡੀਆ 'ਤੇ ਜੁੜੇ ਹੋਏ ਹਾਂ, ਅਤੇ ਇਹਨਾਂ ਦੇ ਮੁਖਾਲਫਤ 'ਚੋਂ ਮਤਲਬ ਨਹੀਂ ਸੀ ਕੋਈ ਨਜ਼ਮ ਸੁਣੀ ਦੀ ਤਰ੍ਹਾਂ ਮੰਗ ਕੀਤਾ। ਮੈਂ ਇਹਨੂੰ ਬੇਨਤੀ ਕੀਤੀ ਮਾਤਾ ਵੀ ਕੋਈ ਨਾ ਕੋਈ ਆਪਣੀ ਕੋਈ ਰਚਨਾ ਸਾਡੇ ਇਸ ਮਿਲਣੀ ਦੇ ਦੌਰਾਨ ਪੇਸ਼ ਕਰੋ, ਕੋਈ ਪ੍ਰੂਵਡ ਹੋਵੇ, ਅਤੇ ਜਿਹਨੂੰ ਮੈਂ ਵੀ ਸੁਣਾਂ, ਅਤੇ ਸਾਡੇ ਗਾਂ ਜਦੋਂ ਵੀਡੀਓ ਡਾਊਨਲੋਡ ਹੋਵੇ ਅਤੇ ਉਹਦੇ ਸਾਡੇ ਹੋਰ ਵੀ ਸਹਿਤਕਾਰ ਜਾਂ ਦੁਨੀਆਂ ਦੇ ਸਰੋਤੇ ਸਾਡੇ ਉਹ ਵੀ ਸਰਵਣ ਕਰਨ। ਸੋ ਮੈਂ ਇਹੀ ਬੇਨਤੀ ਕਰਦਾ ਕਿ ਕੋਈ ਨਾ ਕੋਈ ਨਜ਼ਮ ਪੇਸ਼ ਕਰੋ, ਉਸ ਤੋਂ ਬਾਅਦ ਦੋ ਚਾਰ ਗੱਲਾਂ ਹੋਰ ਵੀ ਕਰਾਂਗੇ ਜੀ। ਸ਼ੁਕਰੀਆ ਜੀ। ਇੱਕ ਗੀਤ ਜੋ ਸੱਚਾਈ ਦੇ ਬਹੁਤ ਨੇੜੇ ਹੈ, ਉਹ ਕਹਿਣ ਜਾ ਰਿਹਾ ਜੀ, ਗੌਰ ਕਰ ਲਿਆ ਰੰਗ ਦੇ ਵਿੱਚ ਮੈਂ ਪੇਸ਼ ਕਰੂੰ ਜੀ। ਕਿਉਂ ਠੱਗੀਆਂ ਨਿੱਤ ਮਾਰੇ, ਕਿਉਂ ਠੱਗੀਆਂ ਨਿੱਤ ਮਾਰੇ, ਇੱਥੇ ਕੁਝ ਵੀ ਰਹਿਣਾ ਨਹੀਂ, ਉਹ ਤੇਰੀ ਕਬਰ 'ਚ ਤੂੰ ਪੈਣ, ਕਿਸੇ ਹੋਰ ਨੇ ਪੈਣਾ ਨਹੀਂ। ਕਿਉਂ ਠੱਗੀਆਂ ਨਿੱਤ ਮਾਰੇ, ਜੋ ਲਾਡ ਲਡਾਉਂਦਾ ਏ ਤੂੰ ਆਪਣੇ ਬੱਚਿਆਂ ਨੂੰ, ਲੁੱਟ ਲੁੱਟ ਕੇ ਖੋਂਦਾ ਏ ਜਿੰਨਾ ਆਪਣੇ ਸਕਿਆਂ ਨੂੰ, ਦੁੱਖ ਤੂੰ ਹੀ ਸਹਿਣੇ ਨੇ, ਉਹ ਦੁੱਖ ਤੂੰ ਹੀ ਸਹਿਣੇ ਨੇ, ਕਿਸੇ ਹੋਰ ਨੇ ਸਹਿਣਾ ਨਹੀਂ, ਉਹ ਤੇਰੀ ਕਬਰ 'ਚ ਤੂੰ ਪੈਣਾ, ਕਿਸੇ ਹੋਰ ਨੇ ਪੈਣਾ ਨਹੀਂ। ਕਿਉਂ ਠੱਗੀਆਂ ਨਿੱਤ ਮਾਰੇ, ਲੁੱਟ ਲੁੱਟ ਕੇ ਭਰਦੀ ਏ ਜੋ ਮਾਲ ਖਜ਼ਾਨੇ ਤੂੰ, ਉਹਨਾਂ ਪੁੱਛਤਾਵੇਂਗੀ ਫਿਰ ਮੇਰੀ ਇਹ ਜਾਨੇ ਤੂੰ, ਤੱਪਾ ਖੁਦ ਕਰ ਜੀ ਦਾ, ਉਹ ਤੱਪਾ ਖੁਦ ਕਰ ਜੀ ਦਾ, ਜ਼ਿੰਦਗੀ ਭਰ ਲੈਣਾ ਨਹੀਂ, ਉਹ ਤੇਰੀ ਕਬਰ 'ਚ ਤੂੰ ਪੈਣਾ, ਕਿਸੇ ਹੋਰ ਨੇ ਪੈਣਾ ਨਹੀਂ। ਕਿਉਂ ਠੱਗੀਆਂ ਨਿੱਤ ਮਾਰੇ, ਜੋ ਯਾਰ ਬਣਾਏ ਤੂੰ ਦੁਨਿਆਵੀ ਬੰਦੇ ਨੇ, ਉਹਨਾਂ ਦੇ ਵੀ ਸੱਜਣਾ ਠੱਗੀਆਂ ਦੇ ਧੰਦੇ ਨੇ,
ਸੱਚ ਮੈਂ ਦੱਸਦੈ, ਤੈਨੂੰ ਜੋ ਸੱਚ ਮੈਂ ਦੱਸਦੈ, ਉਹ ਕਿਸੇ ਨੇ ਕਹਿਣਾ ਨਹੀਂ, ਉਹ ਤੇਰੀ ਕਬਰ ਚ ਤੂੰ ਪੈਣਾ, ਕਿਸੇ ਹੋਰ ਨੇ ਪੈਣਾ ਨਹੀਂ, ਕਿਉਂ ਠੱਗੀਆਂ ਨੇ ਤੁਮਾਰੇ। ਆ ਲਿਖਾ ਜੀ ਗੌਰ ਕਰਨੀ, ਸ਼ੇਅਰ ਬਹੁਤ ਕਾਬਲੇ ਤਰੀਕ ਹੈ। ਮਾਂ ਪਿਓ ਦੀ ਕਰ ਸੇਵਾ, ਕੋਈ ਘਾਟਾ ਰਹਿਣਾ ਨਹੀਂ, ਮੰਜ਼ਿਲ ਤੇ ਪਹੁੰਚੇਗਾ, ਅਦਵਾਟਾ ਰਹਿਣਾ ਨਹੀਂ। ਜੇ ਮੁੱਢ ਹੀ ਸੁੱਕ ਗਿਆ, ਉਹ ਜੇ ਮੁੱਢ ਹੀ ਸੁੱਕ ਗਿਆ, ਉਹ ਪੱਤਿਆਂ ਵੀ ਰਹਿਣਾ ਨਹੀਂ, ਤੇਰੀ ਕਬਰ ਚ ਤੂੰ ਪੈਣਾ, ਕਿਸੇ ਹੋਰ ਨੇ ਪੈਣਾ ਨਹੀਂ, ਕਿਉਂ ਠੱਗੀਆਂ ਨੇ ਤੁਮਾਰੇ। ਆਖੀ ਜਿਹੜੀ ਕਰ ਨਸ਼ੇ ਜਮਾਨੇ ਦੇ, ਤੂੰ ਟੱਲੀ ਰਹਿਣਾ ਏ, ਚੰਗਿਆਂ ਕੋਲੇ ਖੜਦਾ ਨਹੀਂ, ਮਾੜਿਆਂ ਸੰਗ ਬਹਿਣਾ ਏ। ਉਹ ਕਰ ਨਸ਼ੇ ਜ਼ਮਾਨੇ ਦੇ, ਤੂੰ ਟੱਲੀ ਰਹਿਣਾ ਏ, ਚੰਗਿਆਂ ਕੋਲੇ ਖੜਦਾ ਨਹੀਂ, ਮਾੜਿਆਂ ਸੰਗ ਬਹਿਣਾ ਏ। ਉਹ ਛੱਡ ਰਾਹੂ ਕੇ ਤੁਰ ਜਾਣਾ, ਛੱਡ ਰਾਹੂ ਕੇ ਤੁਰ ਜਾਣਾ, ਬਹਿ ਕਿਸੇ ਨੇ ਰਹਿਣਾ ਨਹੀਂ, ਉਹ ਤੇਰੀ ਕਬਰ ਚ ਤੂੰ ਪੈਣਾ, ਕਿਸੇ ਹੋਰ ਨੇ ਪੈਣਾ ਨਹੀਂ, ਠੱਗੀਆਂ ਨੇ ਤੁਮਾਰੇ। ਦੁਨੀਆਂ ਨੂੰ ਸੇਧ ਦੇਣ ਵਾਲੀ, ਕਿਉਂਕਿ ਸਾਹਿਤਕਾਰ ਦਾ ਇੱਕ ਆਪਣਾ ਮਕਸਦ ਹੁੰਦਾ, ਅਤੇ ਉਸ ਮਕਸਦ ਨੂੰ ਉਹਨੇ ਦੁਨੀਆਂ ਤੱਕ ਪਹੁੰਚਾਉਣਾ ਕਿਵੇਂ ਹੈ। ਬਿਲਕੁਲ, ਸਾਡੇ ਮੈਂ ਅੱਜ ਕੱਲ੍ਹ ਦੇਖਦਾ ਕਈ ਐਕਟਰ ਬਜ਼ੁਰਗ ਸਿਨੇਮਾ ਬਜ਼ੁਰਗਾਂ ਦੇ ਕੰਪਿਊਟਰ ਦੇ ਲਿਖਿਆ, ਬੁੱਢਾ ਲਿਖਿਆ ਸੀ ਸਭ ਉੱਤੇ, ਹਾਂਜੀ ਲਿਖਦਾ ਤਾਂ ਮੇਰਾ ਨਹੀਂ ਪਰ ਗੁਰੂ ਮਜ਼ਬੂਰ ਲਿਖਣਾ ਪਿਆ। ਹਾਂ, ਕਿਉਂਕਿ ਜਦੋਂ ਅਸੀਂ ਬੁੱਢੇ ਬੁੱਢੇ ਚਿੱਠੀਆਂ ਸਾਰੀਆਂ ਮਰਦੇ ਪਏ ਹਾਂ, ਅਤੇ ਉਦੋਂ ਅਸੀਂ ਆਸ਼ਰਮ ਸ਼ੁਰੂ ਦੀਆਂ ਜਦੋਂ ਲਿਖਤਾਂ ਲਿਖਦੇ ਹਾਂ ਨਾ, ਹਾਂ, ਅਤੇ ਬੜੀਆਂ ਲਾਹਤਾਂ ਪੈਂਦੀਆਂ। ਬਿਲਕੁਲ, ਅਤੇ ਮੈਂ ਹੁਣ ਤੱਕ ਲਿਖਿਆ ਵੀ ਸੀਗਾ ਗੁਰੂ ਜਾਪਤਾ ਨੇ, ਇਹ ਆ ਵੀ ਬੁੱਢੇ ਬਾਰੇ ਮਤਲਬ ਮੈਂ ਉੱਥੇ ਲਿਖਿਆ ਸੀਗਾ, ਅਤੇ ਉਹਦੇ ਕੀ ਕਿਸੇ ਨੂੰ ਦੇਣ ਹੋਏਗੀ, ਸੇਧ ਹੋਏਗੀ। ਬਿਲਕੁਲ, ਕਿਉਂਕਿ ਅਸੀਂ ਸਾਹਿਤਕਾਰ ਹਾਂ, ਹਾਂ ਲਿਖਣਾ ਅਸੀਂ ਮਨ ਦੇ ਵਿੱਚ ਜਿਹੜਾ ਸਾਡੇ ਮਨ ਦੇ ਬਲ ਬਣੇ ਆ, ਇਹ ਨਹੀਂ ਹੈ ਕਿ ਉੱਦਾਂ ਹੀ ਆ ਪਿੱਛੇ ਜਿਹਾ ਦੇਖਿਆ ਹੁਣ ਸੁਣ ਵੀ ਨਾ ਚੱਲਦਾ ਸੀ ਨਾ। ਅੱਜ ਭਾਦਰ ਦੇ ਸੰਗਰਾਲ ਹੈ, ਬੜੇ ਵਧੀਆ ਮੌਕੇ ਤੁਹਾਡਾ ਹੋਇਆ, ਆਪਣੇ ਜਿਹੜਾ ਮੇਲ ਮਿਲਾਪ ਹੋਇਆ, ਅਤੇ ਮਤਲਬ ਸੰਗਰਾਮ ਦੇ ਦਿਹਾੜੇ, ਅਤੇ ਆਪਣੇ ਅਤੇ ਬਾਣੀ ਦਾ ਸ਼ਬਦ ਮਹਾਂ ਪੜ੍ਹ ਕੇ ਕੀਰਤਨ ਕਰਕੇ ਆਪਣੇ ਸ਼ਬਦ ਬਾਣੀ ਪੜ੍ਹੀ, ਅਤੇ ਉਹਦੇ ਵਿੱਚ ਅਖੀਰ ਅਤੇ ਭਾਦਰ ਦੇ ਮਹੀਨੇ ਵਿੱਚ ਪੰਚਮ ਪਾਤਸ਼ਾਹ ਪੰਚਮ ਗੁਰੂ ਨਾਨਕ ਕਹਿੰਦੇ ਨੇ, ਭਾਦੋਏ ਸੇ ਭਾਦੋ ਨਰਨਾ ਪਾਈਏ ਗੁਰ ਰੱਖਣ ਵਾਲਾ ਹੈ, ਕਿਉਂਕਿ ਭਾਦੋ ਦਾ ਮਹੀਨਾ ਬਹੁਤ ਕਰਾਲਾ। ਬਿਲਕੁਲ, ਲੇਕਿਨ ਗੁਰੂ ਜੀ ਦੇ ਸਿਰ ਤੇ ਹੈ ਗੁਰੂ ਰੱਖਣ ਵਾਲਾ ਹੈ, ਜਿਹਦਾ ਗੁਰੂ ਖਿਆਲ ਰੱਖਣਾ ਰੱਖਣ ਵਾਲਾ ਜਿਹੜੇ ਅੰਗ ਸੰਘ ਹੈ, ਇਸ ਕਰਕੇ ਮਤਲਬ ਉਹ ਭਾਦਰ ਮਹੀਨਾ ਨੂੰ ਦੁਖਦਾਈ ਨਹੀਂ। ਬਿਲਕੁਲ, ਸੋ ਬੜੀ ਵਧੀਆ ਤੁਹਾਡੀ ਰਚਨਾ ਹੈ, ਜਿਹੜਾ ਸਭ ਇੱਕ ਲਫ਼ਜ਼ ਬੋਲਿਆ ਵੀ ਚੰਗਿਆਂ ਸੰਗ ਬਹਿੰਦਾ ਨਹੀਂ ਖੜਦਾ ਨਹੀਂ, ਮਾੜਿਆਂ ਸੰਗ ਬਹਿੰਦਾ, ਹਾਂ ਮਾੜਿਆ ਮੰਦਿਆਂ ਸੰਗ ਬਹਿੰਦਾ, ਠੀਕ ਹੈ ਨਾ। ਅਤੇ ਉਹ ਜਿਹੜਾ ਬੜੇ ਅਲਫਾਜ਼ ਇੱਕ ਸਿੱਧ ਨਾਲ
ਸਿੱਖਿਆ ਵਾਲੇ ਅਤੇ ਨਸ਼ਾ ਨੂੰ ਵੀ ਮਤਲਬ ਗੱਲ ਕੀਤੀ ਆ, ਨਸ਼ਾ ਦਾ ਵੀ ਬਹੁਤ ਵਧੀਆ ਚਲਾ ਗਿਆ। ਸੋ ਇਸੇ ਤਰ੍ਹਾਂ ਮੈਂ ਵੀ ਇੱਕ ਮੇਰਾ ਜੀ ਕਰਦਾ ਵੀ ਇਹ ਪੁਸਤਕ ਜਿਹੜੀ ਹੁਣੇ ਪਿੱਛੇ ਅਸੀਂ ਰਿਲੀਜ਼ ਕੀਤੀ ਹੈ ਭਾਸ਼ਾ ਭਾਗ ਮੋਹਾਲੀ ਵਿਖੇ, ਅਤੇ ਹੋਰ ਵੀ ਸਾਰੇ ਥਾਵਾਂ 'ਤੇ ਅੰਮ੍ਰਿਤਸਰ ਵੀ ਰਿਲੀਜ਼ ਹੋਈ ਹੈ, ਕਈ ਥਾਵਾਂ 'ਤੇ ਸਥਾਨ ਹੋਈ ਹੈ ਜਿਹਦੀ ਮੈਂ ਸੰਪਰਕੀ ਕੀਤੀ ਹੈ। ਸੋ ਸੁਨਹਿਰੀ ਕਲਮਾਂ, ਇਹ ਸੋ ਸੁਨਹਿਰੀ ਕਲਮਾਂ ਦਾ ਮਤਲਬ ਕੀ ਹੈ, 80 ਲੇਖਕ ਦੇ ਵਿੱਚ ਦੇਸ਼ ਵਿਦੇਸ਼ਾਂ ਦੇ ਦੁਨੀਆਂ ਭਰ ਦੇ ਵਿਸ਼ਵ ਦੇ 80 ਲੇਖਕ ਇਕੱਠੇ ਹੋਏ ਆ, ਅਤੇ ਇਹਦੇ ਵਿੱਚ ਸੋ ਸੁਨਹਿਰੀ ਕਲਮਾਂ ਉਹਨਾਂ ਲੇਖਕਾਂ ਨੂੰ ਲਿਆ ਗਿਆ ਜਿਨ੍ਹਾਂ ਦੀਆਂ ਕਲਮਾਂ ਹਮੇਸ਼ਾ ਸਤਿਗੁਰ ਲੇਖਕ, ਇਹ ਨਹੀਂ ਕਿ ਅਸੀਂ ਆਪਣੇ ਹੁਣ ਪਿਛਲੇ ਆਹ ਮਹੀਨਾ ਸੌਂਦਾ ਨਹੀਂ ਰਹਿਣਾ ਮੁਲਾਕਾਤ ਹੈ ਇੱਕ ਪ੍ਰਕਾਰ ਦਾ ਰੋਕਿਆਂ ਵਿੱਚੋਂ। ਹਾਂਜੀ, ਅਤੇ ਪਰ ਕਈ ਰਚਨਾਵਾਂ ਲੋਕਾਂ ਦੇ ਦੇਖੀਆਂ, ਸ਼ੌਂਕ ਦੇ ਸਰਾਟੇ ਅਤੇ ਬੜਾ ਸੌਂ ਦੀਆਂ ਤੀਆਂ, ਉਹ ਮੈਂ ਕਿਹਾ ਕਾਹਦੀਆਂ ਤੀਆਂ, ਨਾ ਤਾਂ ਸੌਂਦੇ ਸਰਾਟੇ ਕਿਤੇ ਦਿਖਦੇ ਆ, ਸਾਰਾ ਸਾਰਾ ਸੌਂ ਲੰਘ ਗਿਆ, ਅਤੇ ਨਾ ਕਿਤੇ ਸੌਂ ਦੀਆਂ ਤੀਆਂ ਨਹੀਂ ਸੀ ਦੇਖੀਆਂ। ਮੈਂ ਇੱਧਰ ਗਰਮੀ ਨੇ ਤਾਂ ਪਾਇਆ, ਗਰਮੀ ਨੇ ਮੈਂ ਕਿਹਾ ਉਹ ਸੂਰਜ ਦੇਵਤੇ ਦੇ ਅੰਦਰ ਦੇਵਤੇ ਨੇ ਆਪਣੇ ਮਤਲਬ ਢਾ ਲਈ ਹੈ, ਅਤੇ ਸੂਰਜ ਦੇਵਤੇ ਨੇ ਕਮਾਲ ਕੀਤੀ ਆਪਦੀ ਗਰਮੀ ਪਛਾਉਣ, ਅਤੇ ਮੈਂ ਕਿਹਾ ਪਤਾ ਪਤਾ ਸੁਣ ਰਿਹਾ, ਲੋਕ ਸੁਣ ਰਿਹਾ, ਲੋਕ ਨੇ ਸੁਣ ਰਿਹਾ ਆਪਣੇ ਮਤਲਬ, ਅਤੇ ਐਵੇਂ ਅਸੀਂ ਝੂਠੀ ਲਿਖੀ ਜਾਈ ਉਹ ਚੀਜ਼ਾਂ ਬੱਚੇ ਮੁੰਡੇ ਮਾਰੇ ਸਾਰੇ ਦੁੱਲੇ ਪੇ ਲਾਈ, ਮਤਲਬ ਉਹ ਚੀਜ਼ ਹੈ ਵੀ ਜੇ ਸਹੀ ਲਿਖੋ, ਸਹੀ ਲਿਖੋਗੇ ਤਾਂ ਤੁਹਾਡੀ ਰਚਨਾ ਮੈਂ ਇਹ ਦਿਨ ਦੁਨੀਆਂ ਦੇ ਅਗਲਾ ਮਾਣ ਦੂਗਾ ਜਿਹੜਾ ਪੜ੍ਹੂਗਾ ਸੁਣੂਗਾ, ਅਤੇ ਉਹ ਚੀਜ਼ ਲਿਖੋ ਇਹਦੇ ਵਿੱਚ ਮਤਲਬ 80 ਲੇਖਾਂ ਨੇ ਅਸੀਂ ਸੌ ਸੁਨਹਿਰੀ ਕਲਮਾਂ ਦੇ ਵਿੱਚ ਸੌ ਸੁਨਹਿਰੀ ਕਲਮਾਂ ਉਹਨਾਂ ਨੂੰ ਕਿਹਾ ਜਿਹੜੇ ਸੱਚਾਈ ਲਿਖਦੇ ਆ ਵਧੀਆ, ਅਤੇ ਇਹ ਜਿਹੜੀ ਕਲਮ ਜੀ ਦੇ ਹੱਥ 'ਚ ਹੈ ਵੈਸੇ ਉਹ ਸੌ ਸੁਨਹਿਰੀ ਸੋਨੇ ਦੀ ਕਲਮ ਹੀ ਹੈ ਜਿਹੜਾ ਲੇਖਕ ਸਾਹਿਤਕਾਰੀ ਦੇ ਵਿੱਚ ਆ ਗਿਆ, ਜਿਹੜਾ ਲੇਖਕ ਹੈ ਲੇਖਕ ਉਹਦਾ ਆਪਣੇ ਗੀਤ ਪਤਾ ਲਿਖ ਦਿੰਦੇ ਪਹਿਲੇ, ਕੋਈ ਅਪਵਾਲਾ ਕਰਨ ਲੱਗ ਪਏ ਉਹ ਕਰਨ ਲੱਗ ਪਏ, ਉਹੋ ਜਿਹੇ ਲਿਖਣ ਵਾਲੇ ਵੀ ਆ, ਪਰ ਅਸੀਂ ਉਹਨਾਂ ਨੂੰ ਲਾਭਦੇ ਹਾਂ, ਲਾਭ ਪਾਉਂਦੇ ਹਾਂ ਬਿਲਕੁਲ, ਵੀ ਜਿਹੜਾ ਜਿਹਦੀ ਪੁਸਤਕ ਪੜ੍ਹਨੇ ਆ ਅਸੀਂ ਜਿਹਦੀ ਪੁਸਤਕ ਪੜ੍ਹਨ ਵਾਸਤੇ ਆਇਆ ਉਹਦੇ ਸਤਿ ਕਰਦੇ ਨੇ, ਅਸੀਂ ਇਹ ਤੋਂ ਲੈਂਦੇ ਹਾਂ ਜਿਹਦਾ ਦਿੱਤਾ ਖਾਂਦੇ ਨੂੰ ਉਹਦਾ ਦਾਦਾ ਕਰਦੇ ਦਾ ਦਿੱਤਾ ਖਾਂਦਾ, ਜਿਹਦਾ ਦਿੱਤਾ ਖਾਂਦੇ ਆ ਫਿਰ ਆਪਣੇ ਉਹਨੇ ਸੀ ਵਿਸਰ ਜਾਂਦੇ, ਬਿਲਕੁਲ ਸੁਖਨੇ ਸਾਹਿਬ ਦੇ ਪੜ੍ਹਦੇ ਆ, ਸੋ ਕੋ ਵਿਸਰੇ ਫਿਰ ਸਭ ਕੱਢੀ ਆ, ਸੋ ਕੋ ਵਿਸਰੇ ਜੇ ਜੀਵਨ ਜੀਆ, ਜੇ ਉਹਦਾ ਦਿੱਤਾ ਅਸੀਂ ਜੀਵਨ ਜੀ ਰਹੇ ਹਾਂ, ਅਤੇ ਅਸੀਂ ਗਾਇਆਂ ਕਰਦੇ ਹਾਂ ਲੋਕਾਂ ਦੀਆਂ, ਦੁਨਿਆਵੀ ਲੋਕਾਂ ਦੀਆਂ, ਤੁਸੀਂ ਵੱਡੇ ਛੋਟੇ ਦੀ ਗਾਇਆਂ ਕਰਿਆ ਕਰੋ, ਜਿਹਦੀ ਕਰਦੇ ਹਾਂ ਮਤਲਬ ਤੁਸੀਂ ਕਰੋ, ਬਿਲਕੁਲ ਸਤਿਕਾਰ ਕਰੋ, ਸਤਿਕਾਰ ਸਾਡੇ ਫਰਜ਼ ਆ, ਅਗਲੇ ਨੂੰ ਜੀ ਕਹਿਣਾ ਅਤੇ ਜੀ ਕਹਿਣਾ ਮਤਲਬ ਜੀ ਕਹਾਉਣਾ ਵੀ ਹੈ, ਇਹ ਨਹੀਂ ਕਿ ਅਸੀਂ ਜੀ ਜੀ ਕਰੀਏ ਅਤੇ ਦੂਜਾ ਨੂੰ ਕੋਈ ਕਹਿ ਕੇ ਗੱਲ ਕਰੇ ਉਹਨੂੰ ਵੀ ਲਾਉਣ ਤਾਂ ਦਿਲਾਉਣ, ਠੀਕ ਹੈ, ਅਤੇ ਇਹੋ ਜਿਹੀਆਂ ਸੋਚਾਂ ਮੇਰੇ ਵਧਵਾਂ ਅਤੇ ਮੇਰੇ ਮੰਚ ਦੇ ਮੇਰੇ ਮਾਂ ਪੰਜਾਬੀ ਅਤੇ ਅੰਤਰਰਾਸ਼ਟਰੀ ਸਾਹਿਤ ਮੰਚ ਕਰੋ, ਇਹ ਕਿਤਾਬ ਜਿਹੜੀ ਉੱਪਰ ਸਪੈਸ਼ਲ ਲਿਖਿਆ ਹੋਇਆ ਮਾਨ ਪੰਜਾਬੀ ਅੰਤਰਰਾਸ਼ਟਰੀ ਸਾਹਿਤ ਇੰਗਲੈਂਡ ਵੱਲੋਂ ਜਿਹੜੀ ਅਸੀਂ ਪੇਸ਼ਕਾਰ ਕੀਤੀ ਹੈ, ਇਹਦੇ ਵਿੱਚ ਕੁਝ ਨਜ਼ਮਾਂ ਮੈਂ ਕੁਝ ਗਜ਼ਲਾਂ ਵੀ ਸ਼ਾਇਦ ਹੈ ਨੇ, ਮੈਂ ਉਹਨਾਂ 'ਚੋਂ ਦੇਖਦਾ ਕੋਈ ਜੇ ਗਜ਼ਲ ਪੜ੍ਹਨ ਵਾਲੀ ਹੋਈ ਅਤੇ ਵੀਰ ਜਸਵੰਤ ਸਿੰਘ ਰਾਓ ਦੇ ਰੂਪ ਨੂੰ ਪੜ੍ਹਨ ਵਾਲੀ ਹੋਈ ਤਾਂ ਮੈਂ ਉਹ ਕਰਕੇ, ਅਤੇ ਉਸ ਤੋਂ ਬਾਅਦ ਅਸੀਂ ਦੋ ਚਾਰ ਗੱਲਾਂ ਕਰਨ ਬਾਅਦ ਦੇ ਵਿੱਚ, ਹਾਂਜੀ ਬਹੁਤ ਵਧੀਆ ਗਜ਼ਲ ਇੱਕ ਆਈ ਹੈ, ਫਿਕਰ ਸਾਰੇ ਦਿਲ ਦੇ ਆਪਣੇ ਦੂਰ ਰੱਖ ਲੈ ਦੋਸਤ ਹੈ, ਵਾਹ ਉਸ ਦੀ ਹਰ ਇੱਕ ਰਜਾ ਮੈਂ ਦੂਰ ਰੱਖ ਲੈ, ਵਾਹ ਵਾਹ ਪਰ ਮੈਂ ਚਲਾਉਂਗਾ ਜੀ, ਵਾਹ
ਬਚਪਨ ਤੇ ਜਵਾਨੀ ਮੁੜ ਕੇ ਨਾ ਆਉਂਦੇ ਕਦੇ, ਭਾਵੇਂ ਮੁੱਚ ਬਚਪਨ ਤੇ ਜਵਾਨੀ ਮੁੜ ਕੇ ਨਾ ਆਉਂਦੇ ਕਦੇ, ਫਿਰ ਵੀ ਚਿਹਰੇ ਤੇ ਹਮੇਸ਼ਾ ਨੂਰ ਰੱਖ ਲੈ ਦੋਸਤਾ, ਫਿਕਰ ਸਾਰੀ ਦਿਲ ਆਪਣੇ ਨੂਰ ਰੱਖ ਲੈ ਦੋਸਤਾ, ਉਸ ਦੀ ਹਰ ਇੱਕ ਰਜ਼ਾ ਮਨਜ਼ੂਰ ਰੱਖ ਲੈ ਦੋਸਤਾ, ਮਨਜ਼ੂਰ ਰੱਖ ਲੈ ਦੋਸਤਾ, ਭਾਵੇਂ ਨਾ ਹੋਵੇ ਕਦੇ ਖੀਸੇ ਵਿੱਚ ਤੁੰਬੜੀ ਇੱਕ ਵੀ, ਭਾਵੇਂ ਨਾ ਹੋਵੇ ਕਦੇ ਖੀਸੇ ਵਿੱਚ ਤੁੰਬੜੀ ਇੱਕ ਵੀ, ਦਿਲ ਦਾ ਪਾਂਡਾ ਪਿਆਰ ਸਾ ਅਰਬੂਰ ਰੱਖ ਲੈ ਦੋਸਤਾ, ਦਿਲ ਦਾ ਪਾਂਡਾ ਪਿਆਰ ਸਾ ਅਰਬੂਰ ਰੱਖ ਲੈ ਦੋਸਤਾ, ਫਿਕਰ ਸਾਰੀ ਦਿਲ ਤੋਂ ਆਪਣੇ ਦੂਰ ਰੱਖ ਲੈ ਦੋਸਤਾ, ਉਸ ਦੀ ਹਰ ਇੱਕ ਰਜ਼ਾ ਮਨਜ਼ੂਰ ਰੱਖ ਲੈ ਦੋਸਤਾ, ਦੂਜਿਆਂ ਦਾ ਹੱਥ ਫੜ ਕੇ ਨਾਲ ਆਪਣੇ ਤੋਰਨਾ, ਦੂਜਿਆਂ ਦਾ ਹੱਥ ਫੜ ਕੇ ਨਾਲ ਆਪਣੇ ਤੋਰਨਾ, ਜ਼ਿੰਦਗੀ ਵਿੱਚ ਇਹ ਵੀ ਤਾਂ ਦਸਤੂਰ ਰੱਖ ਲੈ ਦੋਸਤਾ, ਜ਼ਿੰਦਗੀ ਵਿੱਚ ਇਹ ਵੀ ਤਾਂ ਦਸਤੂਰ ਰੱਖ ਲੈ ਦੋਸਤਾ, ਫਿਕਰ ਸਾਰੇ ਦਿਲ ਨੂੰ ਆਪਣੇ ਦੂਰ ਰੱਖ ਲੈ ਦੋਸਤਾ, ਉਸ ਦੀ ਹਰ ਇੱਕ ਰਜ਼ਾ ਮਨਜ਼ੂਰ ਰੱਖ ਲੈ ਦੋਸਤਾ, ਮਨਜ਼ੂਰ ਰੱਖ ਲੈ ਦੋਸਤਾ, ਲੱਖੇ ਵਾਂਗੂ ਪਿਆਰ ਲੈਣਾ, ਲੱਖੇ ਵਾਂਗੂ ਪਿਆਰ ਲੈਣਾ, ਪਿਆਰ ਹੀ ਬਸ ਵੰਡਣਾ, ਲੱਖੇ ਵਾਂਗੂ ਪਿਆਰ ਲੈਣਾ, ਪਿਆਰ ਹੀ ਬਸ ਵੰਡਣਾ, ਤੂੰ ਹੁਨਰ ਐਸਾ ਕੋਈ ਮਸ਼ਹੂਰ ਰੱਖ ਲੈ ਦੋਸਤਾ, ਤੂੰ ਹੁਨਰ ਐਸਾ ਕੋਈ ਮਸ਼ਹੂਰ ਰੱਖ ਲੈ ਦੋਸਤਾ, ਫਿਕਰ ਸਾਰੀ ਦਿਲ ਤੂੰ ਆਪਣੇ ਦੂਰ ਰੱਖ ਲੈ ਦੋਸਤਾ, ਉਸ ਦੀ ਹਰ ਇੱਕ ਰਜ਼ਾ ਮਨਜ਼ੂਰ ਰੱਖ ਲੈ ਦੋਸਤਾ, ਮਨਜ਼ੂਰ ਰੱਖ ਲੈ ਦੋਸਤਾ, ਮਨਜ਼ੂਰ ਰੱਖ ਲੈ ਦੋਸਤਾ, ਵਾਹ ਜੀ ਵਾਹ, ਕਿਆ ਬਹੁਤ ਵਧੀਆ ਤੇ ਮਿਹਰਬਾਨੀ, ਬਹੁਤ ਹੀ ਵਧੀਆ, ਤੇ ਇਹੀ ਪੁਸਤਕ ਮੈਂ ਅੱਜ ਇਹਨਾਂ ਨੂੰ ਵੀਰ ਨੂੰ ਆਪਦੇ ਵੱਲੋਂ ਜੀਆ ਕਹਿੰਦਾ ਹੋਇਆ ਸਵਾਗਤ ਵੱਲੋਂ ਇਹਨਾਂ ਨੂੰ ਸੰਬੋਧਨ ਕਰਕੇ ਕੁਛ ਅਲਫਾਜ਼ ਆਪਦੇ ਵੱਲੋਂ ਸਤਿਕਾਰ ਦੇ ਲੈ ਕੇ ਭੇਟ ਕਰਾਂਗਾ। ਸੋ ਇਹ ਸਾਡੀ ਮਿਲਣੀ ਅੱਜ ਦੀ ਆਪਣੇ, ਮੇਰਾ ਖਿਆਲ ਵੀ ਮੈਨੂੰ ਤਾਂ ਬਹੁਤ ਪਸੰਦ ਹੈ, ਅਤੇ ਤੁਹਾਨੂੰ ਤੁਸੀਂ ਦੱਸੋ ਵੀ ਤੁਹਾਡਾ ਕੀ ਕਰ। ਬਹੁਤ ਜ਼ਿਆਦਾ ਖੁਸ਼ੀ ਹੋਈ ਜੀ ਤੁਹਾਨੂੰ ਮਿਲ ਕੇ, ਅਤੇ ਬਹੁਤ ਦੇਰ ਦੀ ਵੀ ਉਡੀਕ ਸੀਗੀ ਤੁਹਾਨੂੰ ਮਿਲਣ ਦੀ, ਪਰ ਅੱਜ ਦਾ ਦਿਨ ਸੰਗਰਾਂਦ ਦਾ ਭਾਦੋਂ ਦਾ ਬੜਾ ਸੁਹਾਗਾ ਚੜ੍ਹਿਆ ਵੀ ਤੁਹਾਡੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ, ਅਤੇ ਮੈਂ ਵੀ
ਆਪਣੀ ਲਿਖੀ ਹੋਈ ਕਿਤਾਬ ਕਾਵ ਸੰਗ੍ਰਹਿ ਰਿਸ਼ਮਾਂ ਦੇ ਸਫ਼ਰ ਨੂੰ ਅਤੇ ਅੱਜ ਲੱਖਾ ਜੀ ਨੂੰ ਪੇਸ਼ ਕਰ ਰਿਹਾ ਅਤੇ ਉਮੀਦ ਕਰਦਾ ਵੀ ਇਹਨਾਂ ਨੂੰ ਚੰਗੀ ਲੱਗੂਗੀ ਅਤੇ ਇਹ ਗੀਤ ਜਿਹੜਾ ਹੈਗਾ ਤੁਸੀਂ ਸੁਣ ਕੇ ਅੱਗੇ ਉਹ ਵੀ ਇਸ ਕਿਤਾਬ ਦੇ ਵਿੱਚ ਹੈਗਾ। ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਲੱਗਿਆ ਜੀ ਰਸਮਾਂ ਦੇ ਚਰਨਾਂ ਜਸਵੰਤ ਰਾਉਕੇ ਦੀ ਪੁਸਤਕ ਜੀ ਦਾਸ ਨੂੰ ਭੇਟ ਕਰ ਰਹੇ ਹਾਂ ਅਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਸਾਰੀ ਕਿਤਾਬ ਆਪਣੇ ਪੜ੍ਹ ਕੇ ਇਹਦੇ 'ਚ ਕੁਛ ਆਪਣੇ ਵਿਊ ਵੀ ਪੇਸ਼ ਕਰਾਂ। ਹਾਂਜੀ ਹਾਂਜੀ, ਚਲੋ ਅੱਜ ਦੇ ਮੇਰੇ ਵੱਲੋਂ ਇਹਨਾਂ ਦੇ ਸਤਿਕਾਰ ਵਜੋਂ ਮੈਂ ਸੋਹਣ ਸੁਨਹਿਰੀ ਕਲਮਾ ਖਾਲਿਸ ਸੰਗ੍ਰਹਿ ਜਿਹੜਾ ਸਾਡਾ ਸਾਂਝਾ ਜਿਹਦੀ ਮੈਂ ਸੰਪਾਦਕੀ ਕੀਤੀ ਹੈ ਉਹ ਮੈਂ ਇਹਨਾਂ ਨੂੰ ਪੇਸ਼ ਕਰ ਰਿਹਾ ਆਪਦੇ ਵੱਲੋਂ ਸਤਿਕਾਰ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਇਸ ਵੇਲੇ ਅੱਜ ਦੀ ਮਿਲਦੀ ਅਤੇ ਇੰਨਾ ਕੁਛ ਕਿਉਂਕਿ ਅਸੀਂ ਪਹਿਲਾਂ ਚਾਹ ਪਾਣੀ ਪੀ ਚੁੱਕੇ ਹਾਂ, ਬਿਸਕੁਟ ਵਗੈਰਾ ਛੱਕ ਚੁੱਕੇ ਹਾਂ ਅਤੇ ਹੁਣ ਇਸ ਤੋਂ ਬਾਅਦ ਅਸੀਂ ਆਪੋ ਆਪਣੇ ਕਾਰਜਾਂ ਵਿੱਚ ਮਸਤ ਹੋਵਾਂਗੇ। ਸੋ ਇੰਨੀ ਸਾਡੇ ਦੋਨਾਂ ਭਰਾਵਾਂ ਵੱਲੋਂ ਦਾਸ ਹਰਿਮੰਦਰ ਸਿੰਘ ਖਾਲਸਾ ਜੀ ਵੱਲੋਂ ਅਤੇ ਜਸਵੰਤ ਰਾਓ ਜੀ ਵੱਲੋਂ ਆਪਣੇ ਜਿਹੜੀ ਸਾਡੀ ਇਹ ਗੱਲਬਾਤ ਪ੍ਰਵਾਨ ਕਰਨੀ ਮਨਜ਼ੂਰ ਕਰਨੀ ਅੱਗੇ ਸਵਾਲ ਕੀਤਾ ਤਾਂ ਫਿਰ ਆਪਾਂ ਰੂਬਰੂ ਹੋਵਾਂਗੇ ਅਤੇ ਉਹਦੇ ਵਿੱਚ ਅਸੀਂ ਸਾਰਿਆਂ ਨੂੰ ਸਤਿਕਾਰ ਕਰਦੇ ਹੋਏ, ਸਾਰੇ ਸਾਹਿਤਕਾਰਾਂ ਦਾ ਸਤਿਕਾਰ ਕਰਦੇ ਹੋਏ, ਲੇਖਕਾਂ ਵੀਰਾਂ ਭਰਾਵਾਂ ਦਾ ਸਤਿਕਾਰ ਕਰਦੇ ਹੋਏ ਅਤੇ ਆਪਣੇ ਵੱਲੋਂ ਸਾਰਿਆਂ ਨੂੰ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।